ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਚੈਰੀਟੇਬਲ ਸਟੈਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਕਰੀਬ 2600 ਸਹਿਜ ਪਾਠਾਂ ਦੇ ਭੋਗ ਅੱਜ ਬੀਬੀ ਕੌਲਾਂ ਜੀ ਭਲਾਈ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਏ ਗਏ। Yeah.
ਇਹ ਸਾਰਾ ਪ੍ਰੋਗਰਾਮ ਸਤੀ ਨਾਮ ਟਰੱਸਟ ਦੇ ਸਹਿਯੋਗ ਨਾਲ ਕੀਤਾ ਗਿਆ। ਜਿਹੜੇ ਬੱਚਿਆਂ ਨੇ ਸਹਿਜ ਪਾਠ ਕੀਤੇ ਹਨ ਉਹਨਾਂ ਨੂੰ ਇਨਾਮ ਵਜੋਂ ਟਿਫਨ ਦਿੱਤੇ ਗਏ ਅਤੇ ਨਾਲ ਹੀ 13 ਵੱਡੇ ਇਨਾਮਾਂ ਦੇ ਲੱਕੀ ਕੂਪਨ ਵੀ ਦਿੱਤੇ ਗਏ। ਭਾਈ ਗੁਰਕਪਾਲ ਸਿੰਘ ਜੀ ਨੇ ਆਪਣੇ ਹੱਥੀਂ ਇਹਨਾਂ ਬੱਚਿਆਂ ਨੂੰ ਟਿਫਨ ਅਤੇ ਕੂਪਨ ਵੰਡੇ। Yeah.
Thank you.
ਹੈ ਕਰੋੜਾਂ ਦੀ ਗਿਣਤੀ। ਕੀਰਤਨ ਕਰਕੇ ਦਾਸ ਨੂੰ ਜਾਣਾ ਪੈਂਦਾ, ਗੁਜਰਾਤ ਸਿੰਧੀਆਂ ਨਾਲ ਭਰਿਆ ਪਿਆ, ਅਹਿਮਦਾਬਾਦ, ਭਾਵਨਗਰ, ਕੁਬੇਰਨਗਰ, ਸੋਨੀਪਤ, ਪਾਣੀਪਤ, ਜੈਪੁਰ, ਮੁੰਬਈ, ਉਲਹਾਸਨਗਰ, ਕਰੋੜਾਂ ਦੀ ਗਿਣਤੀ ਸਿੰਧੀਆਂ ਦੀ, ਅਤੇ ਉਹ ਵੀ ਗੁਰੂ ਨਾਨਕ ਦੇ ਆਸ਼ਕ ਨੇ। ਸਿੰਧੀਆਂ ਦੇ ਬੱਚਿਆਂ ਨੂੰ ਸਾਡੇ ਤੋਂ ਵੱਧ ਵੱਧ ਬਾਣੀਆਂ ਕੰਢਣ ਦੇ ਇੰਨਾ ਪਿਆਰ ਹੈ। ਸਾਡੇ ਤੇ ਗੁਰੂ ਕੇ ਲਾਲ ਗ੍ਰੰਥ ਸਿੰਘ ਰੌਲਾ ਦਿੰਦੇ, ਸਿੰਧੀ ਆਪ ਰੌਲਾ ਦਿੰਦੇ, ਆਖੋ ਸਾਧਨਾ ਆਪ ਸਾਰੇ ਪਰਿਵਾਰ ਰੌਲਾ ਦਿੰਦੇ। ਅਤੇ ਬੱਚੇ ਉਹ ਕਰੋੜਾਂ ਦੀ ਗਿਣਤੀ ਹੈ ਸਿੰਧੀਆਂ ਦੀ, ਅਤੇ ਸਿੰਧੀਆਂ ਨੂੰ ਪਿਆਰ ਆਵੇ ਤਾਂ ਉਹ ਕੀ ਕਹਿੰਦੇ ਆ ਸਿੰਧੀ। ਲੱਖਾਂ ਆਸ਼ਕ ਨੇ ਗੁਰੂ ਨਾਨਕ ਦੇ, ਉਹਨਾਂ ਨੂੰ ਪਿਆਰ ਆਵੇ ਉਹ ਧੰਨ ਗੁਰੂ ਨਾਨਕ ਨਹੀਂ ਕਹਿੰਦੇ, ਧੰਨ ਬਾਬਾ ਨਾਨਕ ਜੀ, ਸ਼ਾਹ ਬਾਬਾ, ਉਹ ਪਤਾ ਹੀ ਕਹਿੰਦੇ ਆ ਮਿਸਰ ਦੇ ਮੱਕੇ ਮਦੀਨੇ ਦੇ। ਪੀਰ ਬਾਬਾ ਨਾਨਕ, ਪੀਰ ਬਾਬਾ ਨਾਨਕ, ਪੀਰ ਬਾਬਾ ਸਾਰਿਆਂ ਨੇ ਆਪਾਂ ਆਹ ਭਾਵਨਾ ਰੱਖਣੀ ਹੈ, ਕਿਸੇ ਨੂੰ ਮਾੜਾ ਨਹੀਂ ਕਹਿਣਾ,
ਆਪਣੀ ਭਾਵਨਾ ਰੱਖਣੀ ਕਿ ਗੁਰੂ ਨਾਨਕ ਤੋਂ ਪਰੇ ਕੁਝ ਨਹੀਂ। ਆਖੋ ਸਾਧਨਾ, ਗੁਰੂ ਨਾਨਕ ਜਿਹਨੂੰ ਜੈ ਜੈਕਾਰ ਕਰੇ ਸਭ ਕੋਈ, ਹਰ ਕੋਈ ਉਹਨੂੰ ਗਾ ਰਿਹਾ, ਹਰ ਕੋਈ ਕਹਿੰਦਾ ਮੇਰਾ। ਆਓ ਸਮਾਪਤੀ ਹੈ ਜੀ, ਸਾਰੇ ਕਿਰਪਾ ਕਰਿਓ ਜੀ। ਧੰਨ ਗੁਰੂ ਨਾਨਕ,
ਸਾਰੀ ਸੰਗਤ ਦੇ ਜਿਹੜੇ ਆਖੋ ਸਤਨਾਮ ਫਿਰ ਆਖੋ ਸਤਨਾਮ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਵੀ ਸਗਲ ਕੋ ਬੇਦਾਨ ਅਰਦਾਸ ਕਿਉਂ ਕਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਤਨ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਰੇ ਗੁਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਾਨਕ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਸਰੂਪ ਹਾਜ਼ਰਾ ਹਜੂਰ ਜੈ ਰਜਹੂਰ ਸਰਬ ਕਲਾ ਪ੍ਰਭੂਰ ਬਾਣੀ ਕੇ ਗੋਇਦ ਨਾਮ ਕੇ ਜਹਾਜ਼ ਹਲਤ ਪਲਤ ਦੇ ਰਾਖੇ ਲੋਕ ਪ੍ਰਲੋਕ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਕਰਕੇ ਸਾਧ ਸੰਗਤ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁੰਡੇ ਸਮੋਹ ਸਿੰਘ ਸ਼ਹੀਦ ਹੱਟੀਆਂ ਜੱਫੀਆਂ ਤੱਫੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਦਿਲਾਈ ਦੇਗਵਾਈ ਦੇਗ ਕੇ ਡਿੱਟ ਕੀਤਾ ਤਿੰਨਾਂ ਪਿਆਰਿਆਂ ਸੁਤਿਆਰਿਆਂ ਦੀ ਗਵਾਈ ਦਾ ਧਿਆਨ ਕਰ ਸਾਧ ਸੰਗਤ ਬੋਲਣਾ ਜੀ ਸਰਬੱਤ ਗੁਰਦੁਆਰਿਆਂ ਝੰਡਿਆਂ ਬੂੰਗਿਆਂ ਨਿਸ਼ਾਨਾ ਜੀ ਕਾ ਧਿਆਨ ਕਰਕੇ ਸਾਧ ਸੰਗਤ ਬੋਲਣਾ ਜੀ ਸਮੂਹ ਤਖਤਾਂ ਜੀ ਕੇ ਦਰਸ਼ਨ ਦੀਦਾਰ ਦਾ ਧਿਆਨ ਕਰ ਸਾਧ ਸੰਗਤ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿ ਦਾਨ ਵਿਵੇਕ ਦਾਨ ਸਭ ਦਾਨ ਭਰੋਸਾ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗ ਟਰ ਧਰਮ ਕਾ ਜੈਕਾਰ ਸਾਧ ਸੰਗਤ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਨਾਮ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਜ ਤਾਂ ਤਾਂ ਰਚਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਇਹ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਜੀ ਆਪ ਜੀ ਦੀ ਨਗਰੀ ਵਿੱਚ ਆਪ ਜੀ ਦੀ ਕਿਰਪਾ ਦਾ ਸਦਕਾ ਬਖਸ਼ਿਸ਼ ਦਾ ਸਦਕਾ ਗਰੀਬ ਨਿਵਾਜ ਇਹ ਸੰਸਥਾਵਾਂ ਧੰਨ ਧੰਨ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਸਤਨਾਮ ਸਰਬ ਕਲਿਆਣ ਟਰੱਸਟ ਅਤੇ ਸ੍ਰੀ ਸਹਿਜ ਪਾਠ ਸੇਵਾ ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਬੇਅੰਤ ਸਕੂਲ ਆਪ ਜੀ ਦੀ ਮਿਹਰ ਦੇ ਨਾਲ ਬੇਅੰਤ ਸੰਗਤਾਂ ਇਹਨਾਂ ਸਾਰਿਆਂ ਵੱਲੋਂ ਆਪ ਜੀ ਦੀਆਂ ਰਹਿਮਤਾਂ ਦਾ ਸਦਕਾ 550 ਸਾਲਾ ਜਿਹੜਾ 12 ਨਵੰਬਰ 2019 ਨੂੰ ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦਾ ਆਗਮਨ ਦਿਨ ਆ ਰਿਹਾ ਇਹ 550 ਸਾਲਾ ਆਪ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਇਹਨਾਂ ਸਾਰੀਆਂ ਸੰਸਥਾਵਾਂ ਵੱਲੋਂ ਉਪਰਾਲੇ ਆਪ ਜੀ ਦੀ ਕਿਰਪਾ ਨਾਲ ਰੰਭੇ ਗਏ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠਾਂ ਦੇ ਅੱਜ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਨਾਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਗਰੀਬ ਨਿਵਾਜ ਇਸ ਸਥਾਨ ਵਿਖੇ ਬੇਅੰਤ ਸਹਿਜ ਪਾਠਾਂ ਦੇ ਭੋਗ ਪਏ ਦੇ ਆਪ ਜੀ ਨੇ ਕਿਰਪਾ ਕੀਤੀ ਹੈ ਜਿਤਨੇ ਵੀ ਵੱਡੇ ਸਰੀਰ ਬੱਚੇ ਇਹਨਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਇਹਨਾਂ ਸੰਸਥਾਵਾਂ ਦੇ ਉਪਰਾਲੇ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠਾਂ ਦੀਆਂ ਸਾਰੀਆਂ ਡਿਊਟੀਆਂ ਨੇ ਵਹੀਆਂ ਇਹ ਸੱਚਿਆ ਪਾਤਸ਼ਾਹ ਇਹ ਬੇਅੰਤ ਸਹਿਜ ਪਾਠਾਂ ਦੇ ਭੋਗ ਪਏ ਨੇ ਅਤੇ ਇਹਨਾਂ ਬੱਚਿਆਂ ਕੋਲੋਂ ਸਹਿਜ ਪਾਠ ਕਰਨ ਵਾਲਿਆਂ ਕੋਲੋਂ ਪਾਠ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਆਪ ਜੀ ਬਖਸ਼ ਲੈਣਾ ਅੱਗੋਂ ਵਾਸਤੇ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਅੰਗ ਸੰਗ ਸਹਾਈ ਹੋਣਾ ਮੇਰਾ ਕਰਨੀਆਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਮਿਹਰ ਹੋਵੇ ਬਖਸ਼ਿਸ਼ ਹੋਵੇ ਅਤੇ ਜਿੰਨੀਆਂ ਸੰਗਤਾਂ ਵੱਲੋਂ ਸਹਿਜ ਪਾਠਾਂ ਦੇ ਭੋਗ ਪਏ ਨੇ ਅਤੇ ਅੱਗੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅੱਜ ਇਸੇ ਜਗ੍ਹਾ ਤੋਂ ਫਿਰ ਆਰੰਭ ਹੋਣੇ ਨੇ ਇਹਨਾਂ ਸਾਰਿਆਂ ਨੂੰ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜੀ ਰੱਖਣਾ ਨਵੀਆਂ ਡੈਰੀਆਂ ਦਿੱਤੀਆਂ ਜਾਣੀਆਂ ਨੇ ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਪਿਛਲੀ ਸੇਵਾ ਲਈ ਇਹਨਾਂ ਸਾਰਿਆਂ ਤੋਂ ਅਗਲੀ ਸੇਵਾ ਵੀ ਲੈਣੀ ਆਪ ਜੀ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਕਰੀ ਪਾਕ ਸਰ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ
ਸੀਸ ਪ੍ਰਸ਼ਾਦ ਸੰਗਤਾਂ ਨੂੰ ਬਖਸ਼ੋ, ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ, ਆਪ ਜੀ ਦੇ ਚਰਨਾਂ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ, ਸਤਨਾਮ ਸਰਵ ਕਲਿਆਣ ਟਰੱਸਟ, ਸ੍ਰੀ ਸਹਿਜ ਪਾਠ ਸੇਵਾ, ਬੇਅੰਤ ਸਕੂਲ, ਬੇਅੰਤ ਸੰਸਥਾ ਵੱਲੋਂ ਬੀਬੀ ਕੌਲਾ ਭਲਾਈ ਕੇਂਦਰ ਟਰੱਸਟ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਬੇਅੰਤ ਸਹਿਜ ਪਾਠਾਂ ਦੇ ਭੋਗਾਂ ਦੀ ਅਰਦਾਸ, ਸ਼ਬਦ ਕੀਰਤਨ ਜੀ ਕੀ ਅਰਦਾਸ, ਛੇ ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ, ਅੱਗੋਂ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਰੰਭ ਕਰਨ ਦੀ ਅਰਦਾਸ, ਭੁੱਲ ਯੁੱਗ ਦੀ ਮਾਫ਼ੀ ਬਖਸ਼ਣੀ, ਆਪ ਜੀ ਦੇ ਦਰ 'ਤੇ ਜੋ ਜੀ ਆਵੇ ਸੋ ਮੇਰਾ ਦਾ ਸਦਕਾ ਰਾਜੀ ਜਾਵੇ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ। ਦੋਹਰਾ ਗਿਆ ਵਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਸੇਵਾ ਸੇਵਕ ਪ੍ਰਭ ਆਪਣੇ
ਪਿਛਲੇ ਬੱਚਿਆਂ ਨੇ ਭਰ ਲਏ ਤੇ ਉੱਠ ਕੇ ਹਾਲ 'ਚ ਪਹੁੰਚਣ। ਹਾਲ ਵਾਲੀ ਟੀਮ, ਹਾਲ ਵਾਲੀ
ਵਾਲੀ ਟੀਮ ਬੈਠੀ ਹੋਈ ਹੈ ਨਕਵੀਰ ਜੀ, ਹਾਲ ਵਾਲੀ ਟੀਮ ਤਿਆਰ ਰਵੇ। ਇੱਕ ਸਿਕਾਰਾ ਜੀ, ਸਾਰੇ ਇਹਨਾਂ ਅਧਿਆਪਕ ਸਾਹਿਬਾਂ ਦੇ ਨਾਲ ਜ਼ੋਰਦਾਰ ਸਾਰੇ ਬੱਚੇ ਜੀ ਬੋਲੇ ਨਿਕਲਣ ਦੀ ਬਾਅਦ ਅਜੇ ਵੇਟ ਕਰ ਲਓ ਤਾਂ ਦੋ ਚਾਰ ਮਿੰਟ ਹੋਏ।